ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਸੰਜੇ ਮਾਈਕ ਐਕਟਰ। ਪਿਛਲੇ ਇੱਕ ਹਫ਼ਤੇ ਦੇ ਵਿੱਚ ਜੋ ਕੁਛ ਪੰਜਾਬ ਦੇ ਵਿੱਚ ਵਾਪਰਿਆ, ਜੋ ਕੁਛ ਨਿਊਜ਼ ਆਪਾਂ ਦੇਖ ਰਹੇ ਹਾਂ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਮੈਂ ਗੱਲ ਕਰ ਰਿਹਾ ਪੰਜਾਬ ਦੇ ਲੀਜੈਂਡ ਸਟਾਰ ਸਿੱਧੂ ਮੂਸੇਵਾਲਾ ਦੀ, ਜਿਸਨਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰੂਹ ਕੰਬ ਜਾਂਦੀ ਹੈ ਇੱਦਾਂ ਦਾ ਹਾਦਸਾ ਦੇਖ ਕੇ। ਔਰ ਉਸ ਇਨਸਾਨ ਨੂੰ ਜਿਹਨੂੰ ਪੰਜਾਬ ਦੇ ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਪਿਆਰ ਕਰਦੇ ਨੇ, ਜਿਸਨੇ ਨਾ ਕੇਵਲ ਪੰਜਾਬ ਬਲਕਿ ਹਿੰਦੁਸਤਾਨ ਵਰਲਡ ਦੇ ਵਿੱਚ ਆਪਣਾ ਨਾਮ ਬਣਾਇਆ, ਉਸ ਇਨਸਾਨ ਦਾ ਇਸ ਦਰਦਨਾਕ ਤਰੀਕੇ ਨਾਲ ਮੌਤ ਦੀ ਸਾਨੂੰ ਬਹੁਤ ਤਕਲੀਫ ਹੁੰਦੀ ਹੈ। ਹਰ ਉਸ ਆਰਟਿਸਟ ਨੂੰ, ਹਰ ਇੱਕ ਕਲਾਕਾਰ ਨੂੰ, ਹਰ ਇੱਕ ਫੈਨ ਨੂੰ ਬਹੁਤ ਤਕਲੀਫ ਹੋਈ ਹੋਣੀ ਜਿਸਨੇ ਸਿੱਧੂ ਮੂਸੇਵਾਲੇ ਨੂੰ ਸਮਝਿਆ, ਉਸਨੂੰ ਸੁਣਿਆ, ਇਸ ਗੱਲ ਨੂੰ ਦੇਖਿਆ। ਤੇ ਸਭ ਤੋਂ ਵੱਡਾ ਦੁੱਖ ਉਸ ਮਾਂ ਪਿਓ ਨੂੰ, ਜਿਨ੍ਹਾਂ ਨੇ ਜਵਾਨੀ ਦੇ ਦੌਰ ਤੇ 28 ਸਾਲ ਦੀ ਉਮਰ 'ਚ ਆਪਣੇ ਜਵਾਨ ਪੁੱਤ ਨੂੰ ਖੋ ਦਿੱਤਾ। ਸਲੂਟ ਹੈ ਉਸ ਮਾਂ ਪਿਆਂ ਨੂੰ ਜਿਨ੍ਹਾਂ ਦਾ ਇਕਲੌਤਾ ਪੁੱਤ ਚਲਾ ਗਿਆ, ਤੇ ਉਸ ਤੋਂ ਬਾਅਦ ਵੀ ਆਪਣੇ ਫੈਨਸ ਲਈ, ਲੋਕਾਂ ਲਈ ਖੜੇ ਨੇ। ਉਹਨਾਂ ਦੇ ਅੰਦਰ ਪਤਾ ਨਹੀਂ ਕਿੰਨਾ ਦਰਦ। ਭਗਵੰਤ ਮਾਨ ਸਾਹਿਬ, ਸਾਡੇ CM ਸਾਹਿਬ, ਤੁਹਾਨੂੰ ਬੇਨਤੀ ਹੈ, ਇਸ ਮੁੱਦੇ ਨੂੰ ਤੁਸੀਂ ਪਰਸਨਲੀ ਅਬਜ਼ਰਵ ਕਰੋ ਤੇ ਉਹਨਾਂ ਦੇ ਮਾਂ ਬਾਪ ਨੂੰ, ਉਹਨਾਂ ਦੇ ਫੈਨਸ ਨੂੰ, ਸਾਡੀ ਕਲਾਕਾਰ ਕਮਿਊਨਿਟੀ ਨੂੰ ਇਨਸਾਫ ਦਿਓ, ਤਾਂ ਕਿ ਇਸ ਤਰ੍ਹਾਂ ਦਾ ਇੰਸੀਡੈਂਟ ਦੁਬਾਰਾ ਕਦੇ ਦੁਹਰਾਇਆ ਨਾ ਜਾਏ। ਕਿਸੇ ਕਲਾਕਾਰ ਨਾਲ, ਕਿਸੇ ਆਰਟਿਸਟ ਨਾਲ ਇੰਨੀ ਬੇਰਹਿਮੀ ਨਾਲ, ਇਸ ਬਦਸਲੂਕੀ ਨਾਲ ਵਰਤਾਵ ਨਾ ਹੋਏ। ਜਿਨ੍ਹਾਂ ਨੇ ਵੀ ਇਸ ਕੰਮ ਨੂੰ ਅੰਜਾਮ ਦਿੱਤਾ ਹੈ, ਉਹਨਾਂ ਨੂੰ ਜਲਦ ਤੋਂ ਜਲਦ ਫਾੜ ਕੇ ਦਿੱਤੀ ਜਾਵੇ। ਮੇਰੇ ਖਿਆਲ ਹਰੇਕ ਫੈਨ, ਹਰੇਕ ਜੋ ਉਹਨਾਂ ਨੂੰ ਪਿਆਰ ਕਰਦਾ ਹੈ, ਸ਼ਾਇਦ ਇਹੀ ਦੇਖ ਰਿਹਾ, ਇਹੀ ਕਹਿਣਾ ਚਾਹੁੰਦਾ ਹੈ। ਮੈਂ ਵੀ ਐਜ਼ ਆ ਆਰਟਿਸਟ, ਐਜ਼ ਆ ਐਕਟਰ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਮੁੱਦੇ 'ਤੇ ਜ਼ਰੂਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ ਅਤੇ ਜਲਦ ਤੋਂ ਜਲਦ ਜਿਹੜਾ ਹੈਗਾ ਹੈ ਉਹਨਾਂ ਨੂੰ ਇਨਸਾਫ਼। ਬਸ ਇਹਨਾਂ ਲਾਈਨਾਂ ਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ। ਇੱਕ ਵਾਰ ਫਿਰ ਮੈਂ ਸਿੱਧੂ ਮੂਸੇਵਾਲਾ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕਰਦਾ ਅਤੇ ਉਹਨਾਂ ਦੇ ਮਾਂ ਪਿਓ ਨੂੰ ਨਮਨ ਕਰਦਾ। ਧੰਨਵਾਦ। ਥੈਂਕ ਯੂ।